ਤੁਸੀਂ ਇਹ ਪੱਤਿਆਂ ਅਤੇ ਛੋਟੀਆਂ ਲੱਕੜ ਦੀਆਂ ਡੰਡੀਆਂ ਨਾਲ ਬਣਾ ਸਕਦੇ ਹੋ। ਬਨਿਆਨ ਟ੍ਰੀ ਬਰਗਦ ਦੇ ਦਰਖਤ ਦਾ ਪੱਤਾ ਲੈ ਕੇ ਦੋ ਕੱਟ ਲਗਾ ਦਿਓ ਜੋ ਕਿ ਉਸਦੀ ਰਿਬ ਦੇ ਮੱਧ ਦੇ ਨਾਲ ਹੋਣ ਨਾ ਹੋਣ। ਹੁਣ ਪੱਤੇ ਦੇ ਨੀਚਲੇ ਹਿੱਸੇ ਨੂੰ ਫੋਲਡ ਕਰਕੇ ਕੋਨ ਦਾ ਆਕਾਰ ਦੇ ਦਿਓ ਅਤੇ ਉਸ ਦੇ ਤਿੰਨ ਹਿੱਸਿਆਂ ਨੂੰ ਟਵਿਗ ਨਾਲ ਫਸਾ ਦਿਓ। ਇਹ ਹਿੱਸੇ ਹੁਣ ਖੁੱਲ੍ਹਣਗੇ ਨਹੀਂ। ਪੱਤੇ ਵਿੱਚ ਦੋ ਮੋਰੀਆਂ ਪਾਓ ਤਾਂ ਕਿ ਅੱਖਾਂ ਲੱਗਣ ਅਤੇ ਪੱਤਿਆਂ ਦੀ ਸਟੈਮ ਪੂੰਛ ਦਾ ਆਕਾਰ ਲੱਗੇਗੀ। ਜਾਨਵਰ ਦਾ ਨੀਚਲਾ ਹਿੱਸਾ ਕੋਨੀਕਲ ਡਿਪਰੈਸ਼ਨ ਲੱਗੇਗਾ। ਇਹ ਪੱਤੇ ਦਾ ਬਣਿਆ ਹੋਇਆ ਜਾਨਵਰ ਬੜਾ ਸੋਹਣਾ ਲੱਗਦਾ ਹੈ ਜਦ ਟੇਬਲ 'ਤੇ ਰੱਖ ਕੇ ਦੇਖਦੇ ਹਾਂ। ਫਰੰਟ ਤੋਂ ਅੱਖਾਂ, ਮੁੱਛਾਂ ਅਤੇ ਮੂੰਹ ਬਹੁਤ ਸੋਹਣੇ ਲੱਗਦੇ ਹਨ।